ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋਏ ਤੇ ਬੜੀਆਂ ਮਹੱਤਵਪੂਰਨ ਵਿਚਾਰਾਂ ਕੀਤੀਆਂ, ਜਿਹਦਾ ਵੇਰਵਾ ਬਾਅਦ ਵਿੱਚ ਸਾਰਾ ਦੱਸਿਆ ਜਾਏਗਾ। ਔਰ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਹਨੂੰ ਪ੍ਰਚੰਡ ਕੀਤਾ ਜਾਵੇ, ਘਰ ਘਰ ਵਿੱਚ ਇਸ ਲਹਿਰ ਦਾ ਸੰਦੇਸ਼ ਪਹੁੰਚਾਇਆ ਜਾਵੇ ਔਰ ਸਾਰੇ ਜਨਤਾ ਦੇ ਵਿੱਚ ਜਾ ਕੇ ਸਾਰਿਆਂ ਦੇ ਸਹਿਯੋਗ ਮੰਗਿਆ ਜਾਵੇ। ਇਸ ਦਾ ਆਗਾਜ਼ ਜਿਹੜਾ ਤੁਸੀਂ ਸਮਝ ਲਓ ਕਿ ਅੱਜ ਹੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਸਤੇ ਇਸ ਦੇ ਕਨਵੀਨਰ ਇੱਕ ਪ੍ਰੈਜ਼ੀਡੀਅਮ ਬਣਾਈ ਗਈ ਹੈ ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ 2-3 ਦਿਨਾਂ ਤੱਕ, ਲੇਕਿਨ ਅੱਜ ਉਸ ਸੁਧਾਰ ਲਹਿਰ ਦੇ ਕਨਵੀਨਰ ਜਿਹੜੇ ਹੈ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਨੂੰ ਬਣਾਇਆ ਗਿਆ। ਮੈਂ ਨਿਮਰਤਾ ਸਾਹਿਬ ਬੇਨਤੀ ਕਰਾਂਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਉਹਨਾਂ ਨੂੰ ਸਿਰੋਪਾਓ ਦੇਣ ਤੇ ਉਹਨਾਂ ਦਾ ਸਨਮਾਨ ਕਰਨ। ਅਗਲਾ ਜਿੰਨਾ ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ ਜੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜੀ ਅਸੀਂ ਲਿਖ ਕੇ ਦੇ ਕੇ ਆਏ ਹਾਂ ਤੇ ਉਹਨਾਂ ਨੇ ਜੋ ਫੈਸਲਾ ਲਿਆ ਬਹੁਤ ਅੱਛੀ ਗੱਲ ਹੈ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਸਾਰੀ ਸਿੱਖ ਕੌਮ ਦੇ ਵਿੱਚ ਜਿਹੜੀ ਦੁਬਿਧਾ ਪਈ ਹੈ ਉਹ ਦੂਰ ਹੋ ਜਾਏਗੀ। ਮੈਂ ਹੁਣ ਜਿੰਨੇ ਪ੍ਰੋਗਰਾਮ ਉਲੀਕੇ ਗਏ ਹੈ ਮੈਂ ਸਤਿਕਾਰਯੋਗ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਜਿਹੜੇ ਕਨਵੀਨਰ ਹਨ ਸਾਡੀ ਇਸ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਗਲੇ ਸਾਰੇ ਪ੍ਰੋਗਰਾਮ ਜਿਹੜੇ ਹੈ ਉਹ ਤੁਹਾਡੇ ਸਾਹਮਣੇ ਰੱਖਣਗੇ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਸੁਹਿਰਦ ਅਤੇ ਪੰਥ ਦਹਿਸ਼ਕ ਲੀਡਰਾਂ ਦੀ ਬੜੀ ਇੱਕ ਅਹਿਮ ਮੀਟਿੰਗ ਹੋਈ ਇੱਥੇ ਚੰਡੀਗੜ੍ਹ ਵਿੱਚ, ਜਿਸ ਮੀਟਿੰਗ ਵਿੱਚ ਪੰਥ ਦੇ ਮੌਜੂਦਾ ਹਾਲਾਤਾਂ ਬਾਰੇ ਬੜੀ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਤੇ ਕਈ ਵੱਡੇ ਫੈਸਲੇ ਵੀ ਲਏ ਗਏ। ਪਹਿਲਾਂ ਤਾਂ ਮੈਂ ਆਪਣੇ ਵੱਲੋਂ ਸਾਰੇ ਆਪਣੇ ਲੀਡਰ ਸਾਹਿਬਾਨਾਂ ਦਾ, ਸਾਰੇ ਆਪਣੇ ਬਜ਼ੁਰਗਾਂ ਦਾ, ਭਰਾਵਾਂ ਦਾ, ਭੈਣਾਂ ਦਾ, ਜਿਨ੍ਹਾਂ ਨੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਸੀਂ ਸਾਰੇ ਚਲਾਉਣ ਜਾ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ, ਉਹਦੀ ਸੇਵਾ ਕਰਨ ਦਾ ਬਤੌਰ ਕਨਵੀਨਰ। ਸੋ ਸਾਰੇ ਆਪਣੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਇਸ ਖਾਤਰ। ਇਸ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਥੋੜੇ ਸਮੇਂ ਚ ਇੱਕ ਪ੍ਰੈਜ਼ੀਡੀਅਮ ਦਾ ਵੀ ਐਲਾਨ ਕੀਤਾ ਜਾਊਗਾ, ਜਿਸ ਪ੍ਰੈਜ਼ੀਡੀਅਮ ਦੇ ਮੈਂਬਰ ਉਹ ਹੋਣਗੇ ਜਿਹੜੇ ਬੜੇ ਸਾਫ਼ ਸੁਥਰਾ ਅਕਸ ਹੋਵੇ, ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨਗੇ, ਜਾਂ ਜਿਹੜੀ ਕਹਿ ਲਓ ਨੌਜਵਾਨੀ ਲੀਡਰਸ਼ਿਪ ਹੈ ਜਿਹੜੀ ਸਿੱਖ ਪੰਥ ਦੀ, ਜਿਹੜੀ ਬਹੁਤ ਸਮੇਂ ਤੋਂ ਕਹਿ ਲਓ ਨਹੀਂ ਸੀ, ਮੌਜੂਦਾ ਜਿਹੜੇ ਹੁਕਮਰਾਨ ਸੀ ਉਹਨਾਂ ਨੇ ਨਹੀਂ ਅੱਗੇ ਆਉਣ ਦਿੱਤੀ, ਉਹਨੂੰ ਸਾਰਿਆਂ ਨੂੰ ਮੈਂਬਰ ਬਣਾਵਾਂਗੇ, ਨਾਲ ਉਹ ਚੱਲਣਗੇ ਤੇ ਨਾਲ ਨਾਲ ਇੱਕ ਹੋਰ ਵੀ ਕਮੇਟੀ ਬਣੂਗੀ
ਜਿਸ ਵਿੱਚ ਸਾਰੇ ਸੀਨੀਅਰ ਲੀਡਰ ਸਾਹਿਬਾਨ ਉਹਦੇ ਵਿੱਚ ਸ਼ਾਮਲ ਹੋਣਗੇ। ਸੋ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਇਹ ਆਉਣ ਵਾਲੇ ਟਾਈਮ 'ਚ ਫੈਸਲੇ ਲਏ ਜਾਣਗੇ ਅਤੇ ਤੁਸੀਂ ਇਹਨੂੰ ਸਮਝ ਸਕਦੇ ਹਾਂ ਕਿ ਇਹ ਕੰਸੈਪਟ ਜਿਹੜਾ ਇਹ ਹੈਗਾ ਪੰਜ ਪ੍ਰਧਾਨੀ ਦਾ ਕਲੈਕਟਿਵ ਲੀਡਰਸ਼ਿਪ ਦਾ, ਇਹਦੇ 'ਚ ਕੋਈ ਕਿਸੇ ਇੱਕ ਬੰਦੇ ਦੀ ਕੋਈ ਉਹਦੇ ਕੋਲ ਵਿਸ਼ੇਸ਼ ਅਧਿਕਾਰ ਨਹੀਂ, ਉਹਦੇ ਕੋਲ ਕੋਈ ਖਾਸ ਪਾਵਰ ਨਹੀਂ। ਇਹ ਜੋ ਵੀ ਫੈਸਲੇ ਕਰਨੇ ਆ ਸਾਰਿਆਂ ਨੇ ਇਕੱਠੇ ਹੋ ਕੇ ਅਤੇ ਇੱਕ ਮਤ ਹੋ ਕੇ ਕਲੈਕਟਿਵਲੀ ਅਤੇ ਕੋਸ਼ਿਸ਼ ਕਰਕੇ ਸਰਬਸੰਮਤੀ ਨਾਲ ਕਰਨੇ ਆ, ਤਾਂ ਕਿ ਕਿਸੇ ਨੂੰ ਵੀ ਇਹ ਮਹਿਸੂਸ ਨਾ ਹੋਵੇ ਕੋਈ ਫੈਸਲਾ ਗਲਤ ਹੋਇਆ ਜਾਂ ਕਿਸੇ ਨੇ ਕਿਸੇ ਹੋਰ ਨਜ਼ਰੀਏ ਨਾਲ ਕੋਈ ਆਪਣਾ ਫੈਸਲਾ ਲਿਆ। ਜਿਹੜਾ ਪ੍ਰੋਗਰਾਮ ਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ, ਜਿਵੇਂ ਬੀਬੀ ਜੀ ਨੇ ਦੱਸਿਆ, ਬਾਕੀ ਸਾਰੇ ਲੀਡਰ ਸਾਹਿਬਾਨ ਆਪਣੇ ਢੀਂਡਸਾ ਸਾਹਿਬ ਬਜ਼ੁਰਗ ਲੀਡਰ ਨੇ ਆਪਣੇ ਉਹ ਵੀ ਗੱਲ ਕਰਕੇ ਗਏ ਆ ਕਿ ਜਿਹੜੀਆਂ ਪੰਥ ਦੀਆਂ ਬੜੀਆਂ ਮਹਾਨ ਸ਼ਖਸੀਅਤਾਂ ਹੋਈਆਂ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਤਾਬਦੀਆਂ ਮਨਾਉਣੀਆਂ, ਉਹਨਾਂ ਦੇ ਪਟੌੜਾ ਸਾਹਿਬ ਦਾ 100 ਸਾਲਾ ਜਿਹੜਾ ਜਨਮ ਦਿਨ ਆ ਉਹ ਮਨਾਉਣਾ ਆ 24 ਸਪਟੰਬਰ ਨੂੰ। ਅਤੇ ਨਾਲ ਇਕੱਲਾ ਜਨਮ ਦਿਨ ਇਹ ਨਹੀਂ ਵੀ ਆਪਾਂ ਇੱਕ ਪ੍ਰੋਗਰਾਮ ਕਰਕੇ ਤਾਂ ਉਹਨੂੰ ਉੱਥੇ ਹੀ ਸੀਮਿਤ ਕਰਨਾ ਰੱਖ ਦੇਣਾ, ਉਹਦੇ ਨਾਲ ਸੈਮੀਨਾਰ ਵੀ ਹੋਣਗੇ ਉਹਨਾਂ ਦੀ ਜੀਵਨੀ 'ਤੇ। ਤਾਂ ਜਿਹੜਾ ਕਿ ਬਹੁਤ ਆਪਾਂ ਨੂੰ ਘਾਟ ਮਹਿਸੂਸ ਹੋਈ ਆ ਵੀ ਜਿਹੜੀ ਸਿੱਖ ਲੀਡਰਸ਼ਿਪ ਉੱਭਰ ਨਹੀਂ ਸਕੀ, ਗਰੂਮ ਨਹੀਂ ਕੀਤੀ ਕਿਸੇ ਨੇ। ਟੌੜਾ ਸਾਹਿਬ ਦੀ ਜ਼ਿੰਦਗੀ ਤੋਂ ਬੜਾ ਇਹ ਸਾਫ ਆਪਾਂ ਨੂੰ ਦਿਸਦਾ ਕਿ ਇੱਕ ਬੜੇ ਸਧਾਰਨ ਪਰਿਵਾਰ 'ਚ ਚੋਟ ਕੇ ਟੌੜਾ ਸਾਹਿਬ ਨੇ ਬਹੁਤ ਲੰਬਾ ਸਮਾਂ ਪੰਥ ਦੀ ਸੇਵਾ ਕੀਤੀ। ਸੋ ਜਿਹੜੀ ਲੀਡਰਸ਼ਿਪ ਨੂੰ ਗਰੂਮ ਕਰਨਾ ਜਾਂ ਜਿਹੜੇ ਪੰਥਕ ਇਸ ਵੇਲੇ ਚੈਲੇਂਜ ਨੇ ਉਹਨਾਂ ਦਾ ਸਾਹਮਣਾ ਕਰਨਾ, ਇਹ ਉਹ ਇੱਦਾਂ ਦੇ ਮੁੱਦੇ ਵੀ ਚਾਹੇ ਸੈਮੀਨਾਰ ਹੋਣ, ਕਨਵੈਨਸ਼ਨਸ ਹੋਣ ਜਾਂ ਕੋਈ ਪ੍ਰੋਗਰਾਮ ਉਸ ਆਪਣੇ ਉਹਨਾਂ ਦੇ ਜਨਮ ਦਿਨ ਦੀ ਸ਼ਤਾਬਦੀ ਦੇ ਨਾਲ ਉਹ ਵੀ ਅਸੀਂ ਜੋੜਨੇ ਆ। ਜੈਦਾਰ ਮੋਹਨ ਸਿੰਘ ਤੁੜ ਜੀ ਉਹਨਾਂ ਦੀ ਵੀ ਜਿਹੜੀ ਆਪਣੇ ਪਰਿਵਾਰ ਵੱਲੋਂ ਉਹਨਾਂ ਦੀ 30 ਤਰੀਕ ਨੂੰ ਬਰਸੀ ਮਨਾਈ ਜਾਂਦੀ ਆ। ਦੇਖੋ ਜੈਦਾਰ ਮੋਹਨ ਸਿੰਘ ਤੁੜ ਜੀ ਦਾ ਬਹੁਤ ਸਤਿਕਾਰ, ਬੜਾ ਵੱਡਾ ਨਾਂ ਸੀ, ਮਤਲਬ ਉਸ ਪਰਿਵਾਰ ਦੀ ਬੜੀ ਸੇਵਾ। ਅਤੇ ਚਲੋ ਅਸੀਂ ਚਾਹੁੰਦੇ ਹਾਂ ਕਿ ਅਕਾਲੀ ਦਲ ਦੁਆਰਾ ਫਿਰ ਆਪਣੇ ਪੁਰਾਤਨ ਲੀਹਾਂ 'ਤੇ ਦੁਆਰਾ ਚੱਲਣਾ ਸ਼ੁਰੂ ਕਰੇ। ਪੁਰਾਣੇ ਜਿਹੜੇ ਸਿਧਾਂਤ ਸਾਡੇ ਜਿਹੜੇ ਆਪਾਂ ਕਮਜ਼ੋਰ ਕਰਤੇ ਛੱਡਤੇ, ਉਹਨਾਂ ਨੂੰ ਫਿਰ ਦੁਆਰਾ ਅਪਣਾਇਆ ਜਾਵੇ। ਐਵੇਂ ਜਿਵੇਂ ਫਿਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦਾ ਜਿਹੜਾ ਸ਼ਹੀਦੀ ਦਿਨ ਮਨਾਇਆ ਜਾਂਦਾ, ਉਹ ਵੀ ਉੱਥੇ ਲੌਂਗੋਵਾਲ ਉਹਨਾਂ ਦੇ ਆਪਣੇ ਪਿੰਡ ਵਿੱਚ 20 ਅਗਸਤ ਨੂੰ ਉਹ ਵੀ ਸਾਰੀ ਸੰਗਤ ਨੂੰ ਸਾਰੇ ਪੰਥ ਨੂੰ ਨਾਲ ਲੈ ਕੇ ਉਹ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਊਗਾ। ਤੇ ਇਹਦੇ ਵਿੱਚ ਸੰਪਰਦਾਵਾਂ ਨੂੰ ਵੀ ਅਸੀਂ ਸ਼ਾਮਲ ਕਰਨਾ ਚਾਹੁੰਦੇ ਹਾਂ, ਸਿੱਖ ਸੰਸਥਾਵਾਂ ਨੂੰ ਵੀ ਸ਼ਾਮਲ ਕਰਾਂਗੇ, ਖਾਸ ਤੌਰ ਤੇ ਟੌੜਾ ਸਾਹਿਬ ਦੇ ਜਿਹੜਾ 100 ਸਾਲਾ ਉਹਨਾਂ ਦੀ ਜਨਮ ਸ਼ਤਾਬਦੀ ਆ ਕਰਕੇ ਬਹੁਤ ਵੱਡੇ ਲੀਡਰ ਸਨ ਤੇ 100 ਸਾਲ ਉਹਨਾਂ ਨੂੰ ਆਪਣੇ ਉਹਨਾਂ ਦੇ ਜਨਮ ਦਿਨ ਆ। ਸੋ ਬੜਾ ਵੱਡਾ ਦਿਨ ਆ ਸਾਰੇ ਸਿੱਖ ਪੰਥ ਵਾਸਤੇ। ਇਸ ਦੇ ਨਾਲ ਇਹਦੀ ਗੱਲ ਹੋਰ ਅੱਗੇ ਤੋਰ ਨੂੰ ਜਿਹੜੀ ਅਕਾਲੀ ਦਲ ਸੁਧਾਰ ਲੈ ਰਿਹਾ, ਬੁੱਧੀਜੀਵੀਆਂ ਨੂੰ, ਇਤਿਹਾਸਕਾਰਾਂ ਨੂੰ ਜਾਂ ਆਪਣੇ ਜਿਹੜੇ ਹੋਰ ਇੰਟਲੈਕਚੁਅਲਸ ਆ, ਮੀਡੀਆ ਦੇ ਬੰਦੇ, ਤੁਸੀਂ ਸਾਰੇ ਜਿਹੜੇ ਸਿਆਣੇ ਜਰਨਲਿਸਟ ਹੋ, ਆਪਣੇ ਜਿਹੜੇ ਕੋਈ ਰਾਈਟਰਸ ਨੇ, ਉਹਨਾਂ ਨੂੰ
ਸਾਰਿਆਂ ਨੂੰ ਇਨਵੋਲਵ ਕਰਨ ਲਈ ਤੇ ਅਸੀਂ ਵੱਖਰੇ ਵੱਖਰੇ 5 ਸੈਮੀਨਾਰ ਆਰਗੇਨਾਈਜ਼ ਕਰਨ ਦਾ ਮਨ ਬਣਾਇਆ ਸਾਰੀ ਲੀਡਰਸ਼ਿਪ ਨੇ। ਉਹ ਸੈਮੀਨਾਰ ਹੋਣਗੇ, ਉਹਨਾਂ ਦੇ ਵਿਸ਼ੇ ਅਲੱਗ ਹੋਣਗੇ, ਲੇਕਿਨ ਜਿਹੜਾ ਉਹਨਾਂ ਦਾ ਆਪਣੇ ਬੇਸਿਕ ਕਨਸੈਪਟ ਹੋਊਗਾ ਉਹ ਸਾਰਾ ਪੰਜਾਬ ਦੇ ਨਾਲ ਜੁੜਦਾ ਹੋਊਗਾ, ਪੰਜਾਬ ਦੇ ਹਾਲਾਤਾਂ ਦੇ ਨਾਲ, ਤੇ ਜਿਹੜੇ ਸਿੱਖ ਪੰਥ ਇਸ ਵੇਲੇ ਕ੍ਰਾਈਸਿਸ ਫੇਸ ਕਰ ਰਿਹਾ ਉਹਨੂੰ ਉਹ ਐਡਰੈਸ ਕਰਨਗੇ। ਸਾਰੇ ਜਿਹੜੇ 5 ਸੈਮੀਨਾਰ ਵੱਖਰੇ ਵੱਖਰੇ ਸ਼ਹਿਰਾਂ 'ਚ ਰੱਖੇ ਜਾਣਗੇ, ਬਠਿੰਡੇ ਹੋਊਗਾ, ਅੰਮ੍ਰਿਤਸਰ ਸਾਹਿਬ ਹੋਣਗੇ, ਫਿਰ ਆਪਣੇ ਫਤਿਹਗੜ੍ਹ ਸਾਹਿਬ, ਪਟਿਆਲੇ, ਜਲੰਧਰ, ਇੱਦਾਂ ਇਹ ਸੈਮੀਨਾਰ ਕਰਨ ਦਾ ਆਪਣੇ ਵਿਚਾਰ ਹੈ, ਤਾਂ ਕਿ ਅਸੀਂ ਜਿਹੜਾ ਸਿੱਖ ਇੰਟੈਲੀਜੈਂਸੀਆ ਆ, ਸਿੱਖ ਜਿਹੜਾ ਸਾਰਾ ਕਹਿ ਲਓ ਆਪਣਾ ਬੁੱਧੀਜੀਵੀ ਆ ਜਾਂ ਜਿੰਨੇ ਵੀ ਆਪਣਾ ਡਾਇਸਪੋਰਾ ਆ ਜਿਹੜਾ ਆਪਣਾ ਆਪਣੇ ਕੋਈ ਮਿਹਣੇ ਰਖਾਉਂਦਾ, ਉਹਨਾਂ ਸਾਰਿਆਂ ਨੂੰ ਇਨਵੋਲਵ ਕਰਕੇ ਤਾਂ ਅਸੀਂ ਉਹਨਾਂ ਤੋਂ ਇਨਪੁੱਟ ਲੈ ਕੇ ਤਾਂ ਫਿਰ ਜਿਹੜਾ ਵੀ ਅਸੀਂ ਇਸ ਲਹਿਰ ਨੂੰ ਆਪਣੇ ਪ੍ਰਚੰਡ ਕਰਨਾ, ਇਹਨੂੰ ਤਕੜਾ ਕਰਨਾ, ਇਹਨੂੰ ਕਾਮਯਾਬ ਕਰਨਾ, ਉਹਦੇ ਮੁਤਾਬਕ ਅਸੀਂ ਇਹ ਜਿਹੜੀ ਆਪਣੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਆਪਣੇ ਚਲਾਉਣ ਆਪਣੇ ਕਰਾਂਗੇ ਜਾਂ ਉਹਨੂੰ ਉਸ ਤਰੀਕੇ ਨਾਲ ਅੱਗੇ ਤੋਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਜਿਹੜਾ ਇਸ ਵੇਲੇ ਪੜਾਅ ਆ ਉਹ 31 ਜੁਲਾਈ ਆ। ਸੋ ਉਹ ਵੀ ਬੇਨਤੀ ਕਰਦੇ ਆ ਸਾਰੇ ਆਪਣੇ ਲੀਡਰ ਸਾਹਿਬਾਨਾਂ ਨੂੰ, ਪੰਥ ਦਰਦੀਆਂ ਨੂੰ, ਜਿਹੜੀ ਆਪਣੀ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਇਸ ਆਪਣੇ ਪ੍ਰਕਿਰਿਆ ਚ ਸ਼ਾਮਲ ਹੋ ਸਕਦੀ ਆ, ਜਿਹੜੀ ਆਪਣੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਕਿ ਵੋਟਾਂ ਬਹੁਤ ਥੋੜੀਆਂ ਬਣੀਆਂ ਤੇ ਵੋਟ ਬਣਾਉਣੀ ਚਾਹੀਦੀ ਸਾਰਿਆਂ ਨੂੰ, ਤਾਂ ਕਿ ਹਰ ਇੱਕ ਉਸ ਗੁਰਸਿੱਖ ਦਾ ਜਾਂ ਉਸ ਆਪਣੀ ਭੈਣ ਦਾ, ਮਾਤਾ ਦਾ ਜਾਂ ਬੇਟੀ ਦਾ ਉਹਦੇ ਵਿੱਚ ਯੋਗਦਾਨ ਪੈ ਸਕੇ, ਜਿਹੜੀ ਆਪਣੇ ਸਿੱਖ ਧਰਮ ਨੂੰ ਮੰਨਦੀ ਆ ਜਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਗੁਰੂ ਮੰਨਦੇ ਨੇ, ਉਹ ਸਾਰੇ ਉਹਦੇ ਵਿੱਚ ਸ਼ਾਮਲ ਹੋ ਸਕਣ। ਇਹ ਵੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ। ਇਸ ਗੱਲ ਦੀ ਬੜੀ ਘਾਟ ਆ, ਦੇਖੋ ਬੜੀ ਹੈਰਾਨੀ ਆ ਕਿ ਹੁਣ ਆਪਣੇ ਸਿੱਖ ਪਾਰਲੀਮੈਂਟ ਦੀ ਇਲੈਕਸ਼ਨ ਤੇ ਸਿੱਖਾਂ ਦਾ ਜਜ਼ਬਾ ਹਜੇ ਉਸ ਪੱਧਰ ਤੇ ਉਭਰ ਨਹੀਂ ਰਿਹਾ। ਕਿਉਂ ਨਹੀਂ ਉਭਰ ਰਿਹਾ? ਕਿਉਂ ਬਾਰ ਬਾਰ ਐਕਸਟੈਂਸ਼ਨ ਮਿਲ ਰਹੀ ਆ? ਚਲੋ ਸਰਕਾਰਾਂ ਵੀ ਨਹੀਂ ਕਰਾਉਂਦੀਆਂ, ਵੈਸੇ ਤਾਂ 5 ਸਾਲ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਆ, ਜਿਵੇਂ ਆਪਣੇ ਪਾਰਲੀਮੈਂਟ ਦੀ ਹੁੰਦੀ ਆ, ਵਿਧਾਨ ਸਭਾ ਦੀ ਹੁੰਦੀ ਆ, ਇਹਦੇ 'ਚ ਕੋਈ ਦੇਰੀ ਨਹੀਂ ਚਾਹੀਦੀ। ਪਰ ਬਹੁਤ ਸਮੇਂ ਤੋਂ ਆਪਾਂ ਦੇਖਦੇ ਹਾਂ ਕਿ ਸਿੱਖ ਇਸ਼ੂਜ਼ ਨੂੰ ਲੈ ਕੇ ਕੇਂਦਰ ਸਰਕਾਰ ਵੀ ਜਾਂ ਜਿਹੜੇ ਵੀ ਸਬੰਧਤ ਬੋਡੀਜ਼ ਨੇ ਉਹ ਬਹੁਤਾ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ, ਲੇਕਿਨ ਇਹ ਹੋਣਾ ਚਾਹੀਦਾ ਆ। ਪਰ ਅਸੀਂ ਹੁਣ ਅਪੀਲ ਕਰਦੇ ਹਾਂ ਕਿ ਸਾਰੇ ਸਿੱਖ ਜਗਤ ਨੂੰ, ਸਾਰੇ ਆਪਣੇ ਪੰਥ ਦਰਦੀਆਂ ਨੂੰ ਕਿ ਉਹ ਇਹਦੇ ਵਿੱਚ ਸ਼ਾਮਲ ਹੋ ਕੇ ਇਸ ਪ੍ਰਕਿਰਿਆ 'ਚ ਅਤੇ ਆਪਣੀਆਂ ਵੋਟਾਂ ਬਣਾਉਣ। ਨਾਲ ਨਾਲ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਕਿਸੇ ਵਜ੍ਹਾ ਕਾਰਨ ਜਾਂ ਜਿਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਨੇ ਐਕਸਪੈਲ ਕਰਤਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ, ਚਾਹੇ ਆ ਲੋਕ ਸਭਾ ਇਲੈਕਸ਼ਨ ਦੇ ਦਰਮਿਆਨ ਕਈ ਲੀਡਰ ਜਿਹੜੇ ਉਹ ਪਾਰਟੀ 'ਚੋਂ ਉਹਨਾਂ ਨੇ ਸਸਪੈਂਡ ਕਰਤੇ, ਐਕਸਪੈਲ ਕਰਤੇ, ਉਹ ਵੀ ਬੜਾ ਕਹਿ ਲਓ ਗਲਤ ਫੈਸਲਾ ਸੀਗਾ। ਉਹ ਵੀ ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਜਦੋਂ ਜੰਗ ਚੱਲਦੀ ਆ ਤੇ ਇਹਦੇ ਵਿੱਚ ਜਰਨੈਲਾਂ ਨੂੰ ਨਹੀਂ ਬਦਲੀਦਾ, ਦੂਜੇ ਪਾਸੇ ਜਦੋਂ ਜੰਗ ਚੱਲਦੀ ਆ ਤੇ ਜਿਹੜੇ ਮੋਹਰੇ ਹੋ ਕੇ ਲੜਾਈ ਲੜਦੇ ਆ ਉਹਨਾਂ ਨੂੰ ਆਪਾਂ ਬਦਲ ਨੂੰ 1 ਮਿੰਟ ਲਾਉਂਦੇ ਹਾਂ, ਉਦੋਂ ਆਪਾਂ ਪਰਵਾਹ ਨਹੀਂ ਕਰਦੇ ਕੋਈ। ਸੋ ਜਿਹੜੇ ਵੀ ਹੁਣ ਗਏ, ਪਹਿਲਾਂ ਗਏ, ਜਿਹੜੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਚੱਲਦੇ ਸੀ, ਸਹਿਮਤ ਸੀ, ਪੁਰਾਣੇ ਅਕਾਲੀ ਪਰਿਵਾਰ ਸੀਗੇ, ਬੜੇ ਹੈਗੇ ਨੇ, ਤੇ ਉਹਨਾਂ ਦਾ ਜਿਹੜਾ ਮਨ ਵੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ, ਉਹਨਾਂ ਨੂੰ ਦਰਦ ਵੀ ਆ ਸਿੱਖ ਪੰਥ ਦਾ, ਉਹਨਾਂ ਸਾਰੇ ਪਰਿਵਾਰਾਂ ਨੂੰ ਅਸੀਂ ਕੋਸ਼ਿਸ਼ ਕਰਕੇ ਦੁਬਾਰਾ ਆਪਣੇ ਨਾਲ ਜੋੜਨ ਦੀ
ਉਹਦਾ ਉਪਰਾਲਾ ਕਰਾਂਗੇ ਤੇ ਉਹਨਾਂ ਨੂੰ ਇਸ ਲਹਿਰ ਵਿੱਚ ਸ਼ਾਮਲ ਕਰਾਂਗੇ ਤਾਂ ਕਿ ਜਿਹੜੇ ਖਾਸ ਕਰ ਟਕਸਾਲੀ ਪਰਿਵਾਰ ਨੇ ਜਿਵੇਂ ਬਰਸੀਆਂ ਮਨਾ ਰਹੇ ਆ ਇਹ ਟਕਸਾਲੀ ਪਰਿਵਾਰ ਉਹ ਨੇ ਜਿਹੜੇ ਹਜੇ ਬਹੁਤ ਹੋਰ ਵੀ ਪਰਿਵਾਰ ਆ ਜਿਨ੍ਹਾਂ ਦੀਆਂ ਬਰਸੀਆਂ ਜਾਂ ਜਿਨ੍ਹਾਂ ਦੇ ਦਿਨ ਆਪਣੇ ਉਹ ਵੱਡੇ ਜਿਹੜੇ ਬਹੁਤ ਵੱਡੇ ਯੋਧੇ ਸੀਗੇ ਉਹਨਾਂ ਦੇ ਦਿਨ ਮਨਾਉਂਦੇ ਆ ਜਿਹੜੀ ਹੁਣ ਪਿੱਛੇ ਲੀਡਰਸ਼ਿਪ ਚੱਲ ਰਹੀ ਆ ਅਕਾਲੀ ਦਲ ਦੀ ਉਹਨੇ ਬਹੁਤੀ ਪਰਵਾਹ ਨਹੀਂ ਕੀਤੀ ਦੇਖੋ ਇਸ ਗੱਲ ਦੀ ਬੜੀ ਘਾਟ ਆ ਚਲੋ ਨਹੀਂ ਸੀ ਇਹ ਆਪਣੀ ਸੋਚ ਬਣਾਉਣੀ ਚਾਹੀਦੀ ਕਰਕੇ ਜੇ ਅੱਜ ਆਪਾਂ ਕਿਸੇ ਹੋਣ ਤੇ ਆ ਕੇ ਖੜੇ ਹਾਂ ਜਾਂ ਆਪਾਂ ਕਿਸੇ ਮੁਕਾਮ ਤੇ ਪਹੁੰਚੇ ਹਾਂ ਤੇ ਉਹਨਾਂ ਦਾ ਸੰਘਰਸ਼ ਸੀਗਾ ਉਸ ਪੀੜ੍ਹੀ ਦਾ ਬਹੁਤ ਔਖੇ ਸਮੇਂ ਚ ਲੰਘ ਕੇ ਆਏ ਆ ਤੇ ਜੇ ਆਪਾਂ ਵਿਸਾਰ ਦਈਏ ਆਪਾਂ ਕਲਚਰ ਹੀ ਦੂਸਰਾ ਸ਼ੁਰੂ ਕਰ ਲਈਏ ਜਿਹਨੂੰ ਕਹਿੰਦੇ ਆ ਸਿੱਧੇ ਲਫ਼ਜ਼ਾਂ ਚ ਵੀ ਕਾਰਪੋਰੇਟ ਕਲਚਰ ਆ ਕਾਰਪੋਰੇਟ ਸਟਾਈਲ ਆ ਏਦਾਂ ਇਸ ਆਪਣੀ ਸਿੱਖ ਪੰਥ ਦੀ ਜਥੇਬੰਦੀ ਨਾ ਕਦੀ ਚੱਲੀ ਨਾ ਇਹ ਕਦੀ ਕਾਮਯਾਬ ਹੋਈ ਇਹ ਤਾਂ ਆਪਣੇ ਪੁਰਾਣੇ ਅਸੂਲ ਉਹ ਸਿਧਾਂਤ ਉਹ ਵਿਚਾਰਧਾਰਾ ਦੁਆਰਾ ਆਪਣੇ ਗੁਰੂ ਸਾਹਿਬ ਦਾ ਫਲਸਫਾ ਉਹ ਤੇ ਆ ਕੇ ਪਹਿਰਾ ਦੇਣਾ ਪਊਗਾ ਬਿਲਕੁਲ ਨਿਸ਼ਕਾਮ ਹੋ ਕੇ ਅਸੀਂ ਵੀ ਨਿਸ਼ਕਾਮ ਹੋ ਕੇ ਇਹ ਸੇਵਾ ਕਰਨ ਜਾ ਰਹੇ ਹਾਂ ਕੋਈ ਸਾਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਕੋਈ ਸਾਡਾ ਸਵਾਰਥ ਨੀਗਾ ਜਦੋਂ ਸਾਨੂੰ ਪੰਥ ਕਹੂਗਾ ਵੀ ਠੀਕ ਹੈ ਤੁਹਾਡੀ ਸੇਵਾ ਪ੍ਰਵਾਨ ਆ ਤੇ ਕਿਸੇ ਹੋਰ ਨੂੰ ਦੇਣੀ ਅਸੀਂ ਉਹ ਸੇਵਾ ਕੋਈ ਹੋਰ ਵੀ ਕਰ ਸਕਦਾ ਹੈ ਇਸ ਜਿਹੜਾ ਕਨਸੈਪਟ ਨਾਲ ਚੱਲਾਂਗੇ ਵੀ ਤੇ ਫੈਸਲੇ ਵੀ ਸਭ ਨੂੰ ਨਾਲ ਲੈ ਕੇ ਕਰਾਂਗੇ ਕੋਈ ਇੱਕ ਕੋਈ ਵੱਡਾ ਨਹੀਂ ਛੋਟਾ ਨਹੀਂ ਠੀਕ ਆ ਕੋਈ ਸੀਨੀਅਰ ਲੀਡਰ ਨੇ ਕੋਈ ਜੂਨੀਅਰ ਲੀਡਰ ਨੇ ਆਪਣਾ ਆਪਣਾ ਕਰਦੇ ਆ ਕਈਆਂ ਨੇ 40-40 50-50 ਸਾਲ ਆਪ ਸੇਵਾ ਵਿੱਚ ਲਾਏ ਆ ਕਈਆਂ ਨੇ ਥੋੜੇ ਲਾਏ ਆ ਕਈਆਂ ਨੂੰ ਪਰਿਵਾਰਾਂ ਚ ਵਿਰਸੇ ਚ ਮਿਲ ਗਈ ਜਿਹਨਾਂ ਦਾ ਵਿਰਸਾ ਬੜਾ ਆਪਣੇ ਮਹਾਨ ਆ ਸੋ ਇਹ ਸਾਰੀਆਂ ਗੱਲਾਂ ਦਾ ਸੁਮੇਲ ਹੋਣਾ ਚਾਹੀਦਾ ਕੋਈ ਨਵਾਂ ਜਿਹੜਾ ਆਪਣੇ ਕਲਚਰ ਅਕਾਲੀ ਦਲ ਵਿੱਚ ਜੇ ਅੱਗੇ ਅਡੋਪਟ ਕੀਤਾ ਆ ਆਪਣੀ ਪਾਰਟੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਤੇ ਉਹ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਤੇ ਲੋਕ ਅੱਜ ਬਹੁਤ ਦੂਰ ਹੋ ਗਏ ਇਸ ਗੱਲ ਤੋਂ ਤੇ ਅਸੀਂ ਤਾਂ ਅਖੀਰ ਜੇ ਗੱਲ ਕਵਾਂਗੇ ਕਿ ਸਾਰੀ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਆਪਣੇ ਸ਼ੁਰੂ ਕਰਨ ਜਾ ਰਹੇ ਹਾਂ ਚਲੋ ਟਾਈਮ ਲੱਗਦਾ ਪੜਾਵਾਂ ਚ ਹੋਣਾ ਸਾਰਾ ਕੁਛ ਰਾਤੋ ਰਾਤ ਤਾਂ ਹੋਣਾ ਨੀਗਾ ਤੇ ਇਹਦੇ ਵਿੱਚ ਅਸੀਂ ਬੇਨਤੀ ਕਰਦੇ ਸਭ ਆਪਣੇ ਪੰਥ ਦਰਦੀਆਂ ਨੂੰ ਪੰਜਾਬੀਆਂ ਨੂੰ ਤੇ ਸਾਰੇ ਜਿਹੜੇ ਪੰਥਕ ਹਿਤੈਸ਼ੀ ਨੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸਾਰੇ ਇਹਦੇ ਵਿੱਚ ਸਾਥ ਦਿਓ ਕੋਈ ਇਹ ਧਰਮਾਂ ਦੀ ਗੱਲ ਨਹੀਂ ਹੈ ਕੋਈ ਮਜ਼ਹਬਾਂ ਦੀ ਗੱਲ ਨਹੀਂ ਕੋਈ ਆਪਣੇ ਫਿਰਕਿਆਂ ਦੀ ਗੱਲ ਨਹੀਂ ਪੰਥ ਸਾਰਿਆਂ ਦਾ ਸਾਂਝਾ ਆ ਇਹ ਵੀ ਅੱਜ ਅਸੀਂ ਕਵਾਂਗੇ ਕੋਈ ਪੰਥ ਇੱਕ ਧਰਮ ਦਾ ਨੀਗਾ ਪੰਥ ਸਾਰਿਆਂ ਦਾ ਹੀ ਆ ਇਹ ਸਾਂਝੀ ਵਾਲਤਾ ਦਾ ਇਹਦੇ ਚੋਂ ਆਪਾਂ ਨੂੰ ਸੰਦੇਸ਼ ਮਿਲਦਾ ਆ ਸੋ ਸਭ ਨੂੰ ਨਾਲ ਲੈ ਕੇ ਚੱਲਣਾ ਸਾਰਿਆਂ ਦਾ ਬਰਾਬਰ ਦਾ ਸਰਕਾਰ ਹੋਊਗਾ ਤੇ ਅਪੀਲ ਕਰਦੇ ਹਾਂ ਕਿ ਸਾਰੇ ਇਸ ਅਕਾਲੀ ਦਲ ਸੁਧਾਰ ਲਹਿਰ ਵਿੱਚ ਸਾਡਾ ਸਾਥ ਦਿਓ ਯੋਗਦਾਨ ਪਾਓ ਤੇ ਫਿਰ ਨਾਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਾਡਾ ਕਿਸੇ ਦਾ ਕੋਈ ਪਰਸਨਲ ਮੋਟਿਵ ਨਹੀਂ ਗਾ ਕੋਈ ਇਹ ਨਾ ਸਮਝੇ ਕਿ ਕਿਸੇ ਅਹੁਦੇ ਕਰਕੇ ਆ ਕੋਈ ਅਹੁਦੇਦਾਰੀ ਦੀ ਗੱਲ ਨਹੀਂ ਸਿਰਫ ਜਿੰਦੇ ਜੋ ਅਕਾਲੀ ਦਲ ਦੇ ਅੱਜ ਹਾਲਾਤ ਆ ਅਸੀਂ ਅਕਾਲੀ ਦਲ ਨੂੰ ਦੁਬਾਰਾ ਮੁੜ ਕਾਇਮ ਕਰਨਾ ਚਾਹੁੰਦੇ ਹਾਂ ਅਪਲਿਫਟ ਕਰਨਾ ਚਾਹੁੰਦੇ ਹਾਂ ਤਕੜਾ ਦੇਖਣਾ ਚਾਹੁੰਦੇ ਸਟਰੋਂਗ ਦੇਖਣਾ ਚਾਹੁੰਦੇ ਹਾਂ ਨਹੀਂ ਜੋ ਅੱਜ ਦੇ ਹਾਲਾਤ ਬਣੇ ਨੇ ਉਹ ਐਵੇਂ ਲੱਗਦਾ ਕਿ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਆ ਗਈ ਇਹ ਮਤਲਬ ਕੋਈ ਜਿਹੜਾ ਸਾਰੇ ਭਰਾਵਾਂ ਨੇ ਬਜ਼ੁਰਗਾਂ ਨੇ ਫੈਸਲਾ ਲਿਆ ਇਹ ਕੋਈ ਸੌਖਾ ਨਹੀਂ ਲਿਆ ਫੈਸਲਾ ਕੋਈ ਕਿਸੇ ਆਪਣੇ ਇੱਕ ਵਜ੍ਹਾ ਕਰਕੇ ਨਹੀਂ ਲਿਆ ਇਹ ਵਜ੍ਹਾ ਇੱਕੋ ਸੀ ਕਿ ਜਿਹੜਾ ਆਪਣੀ ਕਹਿ ਲਓ ਓਰੀਜਨਲ ਪਾਰਟੀ ਜਿਹੜੀ ਆਪਣੀ ਖੇਤਰੀ ਪਾਰਟੀ ਆ ਜਾਂ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਆ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪਾਰਲੀਮੈਂਟ ਆ ਸ਼੍ਰੋਮਣੀ ਅਕਾਲੀ ਦਲ ਆਪਣਾ ਰਾਜਸੀ ਵਿੰਗ ਆ ਇਹਨਾਂ ਸਾਰਿਆਂ ਚ ਬੜੀਆਂ ਉਮਤਾਈਆਂ ਬੜੀਆਂ ਕਮਜ਼ੋਰੀਆਂ ਬੜਾ ਨਿਗਾਰ ਆ ਗਿਆ ਇਹ ਮੇਰੇ ਕਹਿਣ ਨਾਲ ਇਕੱਲੇ ਨਾ ਜਾਂ ਸਾਡੇ ਆਪਣੇ ਲੀਡਰ ਸਾਹਿਬਾਨਾਂ ਦੇ ਕਹਿਣ ਨਾਲ ਨਹੀਂ
ਇਹ ਲੋਕਾਂ ਨੇ ਤੇ ਮੋਹਰ ਲਾਤੀ, ਬਾਰ ਬਾਰ ਮੋਹਰ ਲਾਈ। ਦੇਖੋ ਅਸੀਂ ਬੜੀ ਕੋਸ਼ਿਸ਼ ਕੀਤੀ ਸਾਰਿਆਂ ਨੇ ਆਪਣੀ ਲੀਡਰਸ਼ਿਪ ਦੇ ਨਾਲ ਬੜੀ ਨੇਕ ਨੀਤੀ ਨਾਲ ਚੱਲੇ, ਯੂਨਾਈਟ ਹੋ ਕੇ ਚੱਲੇ, ਇੱਕ ਮੁੱਠ ਚੱਲੇ, ਇੱਕਜੁੱਟ ਹੋ ਕੇ ਚੱਲੇ, ਕੋਹੀਜ਼ਿਵਨੈਸ ਰੱਖੀ ਅਸੀਂ, ਕੋਈ ਸਾਨੂੰ ਲਾਲਸਾ ਨਹੀਂ ਸੀਗੀ। ਸਾਰਿਆਂ ਨੇ ਬਹੁਤ ਲੰਬਾ ਸਮਾਂ ਟਰਾਈ ਕੀਤੀ ਵੀ ਅਕਾਲੀ ਦਲ ਦੁਆਰਾ ਉੱਠ ਜਾਵੇ, ਅਕਾਲੀ ਦਲ ਥੱਲੇ ਨੂੰ ਜਾ ਰਿਹਾ, ਪਰ ਜਦ ਦੇਖਿਆ ਵੀ ਹੁਣ ਤਾਂ ਪਾਣੀ ਸਿਰੋਂ ਲੰਘ ਗਿਆ, ਹੁਣ ਤਾਂ ਜ਼ਮੀਨ ਤੇ ਬੈਠੇ ਆ ਕੇ ਇਹਦੂ ਥੱਲੇ ਕਿੱਥੇ ਜਾਵਾਂਗੇ, ਤੇ ਜੇ ਕੁਛ ਕਰਦੇ ਨਾ ਤੇ ਸਾਨੂੰ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮਾਫ਼ ਨਹੀਂ ਸੀ ਕਰਨਾ। ਉਹਨਾਂ ਨੇ ਕਿਹਾ ਤੁਸੀਂ ਤੁਹਾਡੇ ਤੋਂ ਵੀ ਕੁਛ ਨਹੀਂ ਹੋਇਆ, ਜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਨਿਰਸਵਾਰਥ ਕੰਮ ਕਰਨਾ ਚਾਹੁੰਦੇ ਹਾਂ। ਸੋ ਇਸ ਕਰਕੇ ਸਾਰੀ ਜਿਹੜੇ ਸਾਡੇ ਸਾਥੀ ਨੇ ਉੱਠੇ ਨੇ, ਤੇ ਨਾ ਅਸੀਂ ਕਿਸੇ ਵਿਅਕਤੀ ਦੇ ਉਲਟੇ ਹਾਂ, ਇਹ ਵੀ ਕਹਾਂਗੇ, ਨਾ ਕੋਈ ਕਿਸੇ ਆਪਣੇ ਵਿਅਕਤੀਗਤ ਤੌਰ ਤੇ ਸਾਡਾ ਕੋਈ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਗਾ ਕੋਈ। ਅਸੀਂ ਸਿਰਫ ਵੱਡਾ ਕੌਜ਼ ਲੈ ਕੇ ਤੁਰੇ ਹਾਂ, ਉਹ ਅਕਾਲੀ ਦਲ ਦਾ, ਸਿੱਖ ਪੰਥ ਦਾ, ਤੇ ਪੰਜਾਬ ਦਾ ਨਾਂ ਜਿਹੜਾ ਕੌਜ਼ ਹੈ, ਪੰਜਾਬ ਦਾ ਭਵਿੱਖ ਇਹਦੇ ਨਾਲ ਜੁੜਿਆ। ਇਸ ਕਰਕੇ ਇਹ ਬਹੁਤ ਮਿਹਨਤ ਖਾਂਦਾ ਆ, ਜਿਹਦੇ ਕਰਕੇ ਅੱਜ ਇਹ ਸਾਰੇ ਭਰਾਵਾਂ ਨੇ ਮੈਨੂੰ ਵੀ ਬੜਾ ਵੱਡਾ ਮਾਣ ਬਖਸ਼ਿਆ, ਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ ਕਿ ਅਸੀਂ ਬੇਨਤੀ ਕਰਾਂਗੇ ਗੁਰੂ ਸਾਹਿਬ ਅੱਗੇ ਕਿ ਸਾਨੂੰ ਇਹਦੇ ਵਿੱਚ ਸ਼ਕਤੀ ਦੇਣ, ਸਾਨੂੰ ਸਮਰੱਥਾ ਬਖਸ਼ਣ ਤੇ ਸਾਡੇ ਤੇ ਮਿਹਰ ਕਰਨ, ਤਾਂ ਕਿ ਅਸੀਂ ਆਪਣੇ ਇਸ ਮਿਸ਼ਨ ਵਿੱਚ ਕਾਮਯਾਬ ਹੋ ਸਕੀਏ। ਦੇਖੋ ਝੁੰਦਾ ਕਮੇਟੀ ਵਿੱਚ ਬਹੁਤ ਵਧੀਆ ਸਿਫਾਰਸ਼ਾਂ ਕੀਤੀਆਂ ਗਈਆਂ, ਮੁੱਖ ਤੌਰ ਤੇ ਜਿਹੜੀ ਹੈਗੀ ਆ ਲੀਡਰਸ਼ਿਪ ਚੇਂਜ ਕਰਨ ਵਾਸਤੇ ਆ, ਤੇ ਉਹਦੇ ਵਿੱਚ ਲੀਡਰਸ਼ਿਪ ਤਾਂ ਉੱਪਰੋਂ ਚੇਂਜ ਹੁੰਦੀ ਆ। ਜੇ ਝੁੰਦਾ ਕਮੇਟੀ ਆਪਣੀ ਪਾਰਟੀ ਲਾਗੂ ਕਰ ਦਿੰਦੀ ਅੱਜ ਤੋਂ 2 ਸਾਲ ਪਹਿਲਾਂ, ਜਾਂ ਜਦੋਂ ਕਮੇਟੀ ਨੇ ਰਿਪੋਰਟ ਇਹ ਸੌਂਪੀ ਸੀਗੀ, ਅੱਜ ਅਕਾਲੀ ਦਲ ਦੇ ਹਾਲਾਤ ਹੋਰ ਹੋਣੇ ਸੀਗੇ। ਸੋ ਇਹਦੀ ਜ਼ਿੰਮੇਵਾਰੀ ਕਿਹਦੀ ਆ? ਸਾਡੇ ਲੀਡਰ ਉੱਥੇ ਜਦੋਂ ਆਪਣੇ ਕੋਰ ਕਮੇਟੀ ਦੀਆਂ ਜ਼ਿਲ੍ਹੇ ਜਹਿਦਾਰਾਂ ਦੀ ਮੀਟਿੰਗ, ਹਲਕਾ ਇੰਚਾਰਜਾਂ ਦੀ ਮੀਟਿੰਗ, ਅਸੀਂ ਆਪਣੀ ਗੱਲ ਬਿਲਕੁਲ ਕਹਿੰਦੇ ਰਹੇ ਹਾਂ ਵੀ ਆਪਾਂ ਨੂੰ ਇਹ ਆਪਣੀ ਲੀਡਰਸ਼ਿਪ ਵੱਲ ਧਿਆਨ ਦੇਣਾ ਚਾਹੀਦਾ। ਜੋ ਲੋਕ ਚਾਹੁੰਦੇ ਆ, ਜੋ ਸੰਗਤ ਕਹਿੰਦੀ ਆ, ਜੋ ਵਰਕਰਾਂ ਨੇ ਆਵਾਜ਼ ਉਠਾਈ ਆ, ਉਹ ਤੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ। ਤੇ ਅਕਾਲ ਤਖ਼ਤ ਸਾਹਿਬ ਤੇ ਜਾਓ, ਉੱਥੇ ਜਾ ਕੇ ਖਿਮਾ ਮੰਗੋ, ਗਲਤੀ ਇਸ ਦਾ ਅਹਿਸਾਸ ਕਰਕੇ ਵੀ ਸਾਡੇ ਤੋਂ ਗਲਤੀ ਹੋਈ ਆ ਤੇ ਸਾਨੂੰ ਗੁਰੂ ਸਾਹਿਬ ਮਾਫ਼ ਕਰੋ। ਜਿਹੜੀ ਸਜ਼ਾ ਉੱਥੋਂ ਮਿਲਦੀ ਆ ਉਹ ਸਜ਼ਾ ਭੁਗਤੋ, ਫੇਰ ਹੀ ਆਪਾਂ ਸੰਗਤ ਦੇ ਅੱਖਾਂ 'ਚ, ਆਪਣਾ ਮਨਾਂ 'ਚ ਸੁਰਖਰੂ ਹੋ ਸਕਾਂਗੇ। ਸੋ ਇਹ ਲੀਡਰਸ਼ਿਪ ਦੀ ਗੱਲ ਇਹ ਨਹੀਂ ਵੀ ਅੱਜ ਪ੍ਰਧਾਨ ਕੌਣ ਬਣੂਗਾ। ਸਿੱਖ ਪੰਥ ਕੋਈ ਆਪਣੀ ਲੀਡਰਸ਼ਿਪ ਦੀ ਘਾਟ ਨਹੀਂ ਹੈਗੀ, ਪਰ ਇਹ ਤਾਂ ਦੇਖੋ ਜਦੋਂ ਸਮਾਂ ਆਊਗਾ ਉਦੋਂ ਸਿੱਖ ਪੰਥ ਨੇ ਆਪਣਾ ਨੁਮਾਇੰਦਾ ਚੁਣਨਾ, ਜਿਹੜਾ ਸਾਰੇ ਪੰਥ ਨੂੰ ਇਕੱਠਾ ਕਰਕੇ ਅੱਗੇ ਲੈ ਕੇ ਜਾ ਸਕੇ, ਉਹਨੂੰ ਉਹ ਸਿੱਖ ਪੰਥ ਉਹਨੂੰ ਚੁਣੂਗਾ। ਨਹੀਂ ਜੀ, ਕੋਈ ਨਾਂ ਦੇਖੋ ਹਜੇ ਸਮਾਂ ਹੀ ਨਹੀਂ। ਦੇਖੋ ਜੀ, ਦੇਖੋ ਕੋਈ ਧਾਰਮਿਕ ਸ਼ਖਸੀਅਤ ਜਾਂ ਕੋਈ ਜਿਹੜਾ ਰਾਜਸੀ ਤੌਰ ਤੇ ਜਿਹਨੂੰ ਸਾਰੀ ਸਮਝ ਵੀ ਹੈਗੀ ਆ, ਲੋਕ ਚਾਹੁੰਦੇ ਆ ਉਦਾਂ ਦੀ ਕੋਈ ਗੱਲ ਆਵੇ, ਪਰ ਜਦੋਂ ਸਮਾਂ ਆਊਗਾ ਉਦੋਂ ਹੀ ਆਉਣਾ ਆ। ਉਹਦੇ ਸਮਾਂ ਜੀ ਹੁਣ ਮੈਂ ਤਾਂ ਕਹਿ ਨਹੀਂ ਸਕਦਾ, ਇਹ ਤਾਂ ਦੇਖੋ ਅਸੀਂ ਹੁਣ ਤਾਂ ਸੁਧਾਰ ਲਹਿਰ ਸ਼ੁਰੂ ਕਰਨ ਲੱਗੇ ਹਾਂ, ਪਹਿਲਾਂ ਇਹਨੂੰ ਆਪਾਂ ਪ੍ਰਚੰਡ ਕਰੀਏ, ਤਕੜਾ ਕਰੀਏ, ਲੋਕਾਂ ਨੂੰ ਨਾਲ ਜੋੜੀਏ, ਤੇ ਜਦੋਂ ਲੋਕ ਜੁੜ ਪਏ ਮੂਵਮੈਂਟ ਬਣ ਗਈ, ਆਪ ਹੀ ਕੋਈ ਨਾ ਕੋਈ ਸ਼ਖਸੀਅਤ ਸਾਹਮਣੇ ਆ ਜਾਣੀ ਆ। ਬਹੁਤ ਚੰਗਾ ਜੀ, ਦੇਖੋ ਸਿੰਘ ਸਮਾਨਾ ਨੇ ਜਿਹੜੀ ਆਪਣੀ ਸਿੱਖ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਫੈਸਲਾ ਲੈਣਾ ਆ, ਸਾਰੇ ਸਿੱਖ ਜਗਤ ਨੂੰ, ਸਿੱਖ ਪੰਥ ਨੂੰ ਇਹ ਉਹਨਾਂ ਤੋਂ ਬੜੀ ਵੱਡੀ ਆਸ ਆ ਕਿ ਬਹੁਤ ਆਪਣੇ ਸਹੀ ਫੈਸਲਾ ਲੈਣਗੇ, ਤੇ ਕੋਸ਼ਿਸ਼ ਇਹ ਵੀ ਹੋਊਗੀ। ਅਸੀਂ ਤਾਂ ਦੇਖੋ ਚਾਹੁੰਦੇ ਹਾਂ ਤੇ ਸਾਰਾ ਪੰਥ ਚਾਹੁੰਦਾ ਇੱਥੇ ਵੀ ਆਪਣੇ ਪੰਜਾਬ 'ਚ ਵੀ, ਵਿਦੇਸ਼ਾਂ ਵਿੱਚ ਵੀ, ਕਿ ਸਿੰਘ ਸਮਾਨ ਉਹ ਫੈਸਲਾ ਲੈਣ ਜਿਹੜਾ ਕਿ ਇੱਕ ਤਾਂ ਸਾਰਿਆਂ ਨੂੰ ਪ੍ਰਵਾਨ ਹੋਵੇ,
ਪਰੰਪਰਾ ਦੇ ਮੁਤਾਬਕ ਹੋਵੇ ਤੇ ਸਾਰਾ ਸਿੱਖ ਪੰਥ ਇੱਕ ਝੰਡੇ ਥੱਲੇ ਇਕੱਠਾ ਹੋ ਜਾਵੇ ਤੇ ਤਕੜਾ ਹੋ ਕੇ ਅੱਗੇ ਨਿਕਲੇ। ਹਾਂਜੀ, ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ। ਉਹਨਾਂ ਨੇ ਜਿਹੜਾ ਉਹਨਾਂ ਵੱਲੋਂ ਬਣਦਾ ਸੀ, ਜੋ ਅਸੀਂ ਬੇਨਤੀ ਕਰਕੇ ਆਏ ਸੀਗੇ, ਉਹਨਾਂ ਨੇ ਜਿਹੜੀ ਪਹਿਲਕਦਮੀ ਕੀਤੀ ਆ ਬੜੀ ਸਹੀ ਕੀਤੀ ਆ। ਜੋ ਨਾ ਜੀ ਦੇਖੋ, ਜੋ ਸਿੰਘ ਸਭਾਨਾ ਦਾ ਫੈਸਲਾ ਆ, ਇਹ ਦੇਖੋ ਸਿੱਖ ਪੰਥ ਵਿੱਚ ਅਕਸਰ ਇਹ ਮਤਲਬ ਪਰੰਪਰਾ ਰਹੀ ਆ ਕਿ ਸਾਰੇ ਉਹਨੂੰ ਮੰਨਦੇ ਆ। ਇਹ ਦੇਖੋ ਕਿਸੇ ਲਈ ਸ਼ਹੀਦ ਆ, ਕਿਸੇ ਲਈ ਕੋਈ ਆ। ਤੇ ਜੇ ਮੈਂ ਕਹਾਂ ਵੀ ਹੁਣ ਫਿਰ ਲੰਬਾ ਸਬਜੈਕਟ ਆ ਵੀ ਜੇ ਹਰਦੀਪ ਸਿੰਘ ਨਿੱਜਰ ਦੀ ਗੱਲ ਕਰੋ, ਅਸੀਂ ਕਹਿਣਾ ਚਾਹਾਂਗੇ ਹਰਦੀਪ ਸਿੰਘ ਨਿੱਜਰ ਕੋਈ ਅੱਤਵਾਦੀ ਨਹੀਂ ਸੀਗਾ। ਹਰਦੀਪ ਸਿੰਘ ਨਿੱਜਰ ਨੇ ਕੋਈ ਵਾਇਲੈਂਸ ਦੀ ਗੱਲ ਨਹੀਂ ਕੀਤੀ। ਇੱਕ ਗੁਰੂ ਘਰ ਦਾ ਸੇਵਾਦਾਰ ਸੀ ਉਹ, ਉਹਨੂੰ ਪਤਾ ਸੀ ਖਤਰਾ ਮੈਨੂੰ, ਲੇਕਿਨ ਕਹਿੰਦਾ ਮੈਨੂੰ ਪਰਵਾਹ ਨਹੀਂ, ਜੇ ਮੈਂ ਜਾਨ ਵੀ ਗਵਾ ਦਵਾਂ ਕੋਈ ਫਰਕ ਨਹੀਂ ਪੈਂਦਾ। ਜਿਵੇਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਉਹਨੂੰ ਸ਼ਹੀਦ ਕੀਤਾ, ਇਹ ਸਾਰਿਆਂ ਦੇ ਸਾਹਮਣੇ ਆ। ਪਿੱਛੇ ਉਹਦੇ ਕੌਨਸਪਰੇਸੀ ਕੀ ਸੀਗੀ ਆਪਾਂ ਸਾਰੇ ਜਾਣਦੇ ਹਾਂ, ਪਰ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਮੀਡੀਆ ਜਾਂ ਕੇਂਦਰ ਸਰਕਾਰ ਅੱਤਵਾਦੀ ਕਵੇ, ਇਹ ਬਿਲਕੁਲ ਗਲਤ ਆ। ਕੋਈ ਅੱਤਵਾਦੀ ਨਹੀਂ ਸੀ ਉਹ, ਉੱਥੇ ਆਪਣੇ ਸਰੀ ਵਿੱਚ ਇੱਕ ਗੁਰੂ ਘਰ ਦਾ ਬਹੁਤ ਨਿਸ਼ਕਾਮ ਸੇਵਾਦਾਰ ਸੀ। ਦੇਖੋ ਅਕਾਲੀ ਦਲ ਕਈ ਆਪਣੇ ਪ੍ਰੋਗਰਾਮ ਨਹੀਂ ਕਰਦਾ ਤੇ ਕਈ ਕਰਦਾ ਆ, ਪਰ ਜੇ ਹੁਣ ਮੈਂ ਕਹਾਂ ਨਾ ਜੀ, ਗੱਲ ਤਾਂ ਅਸਲੀਅਤ ਇਹ, ਅਕਾਲੀ ਦਲ ਕਰਦਾ ਰਿਹਾ ਹਾਫ ਹਾਰਟਡਲੀ, ਅਕਾਲੀ ਦਲ ਦੀ ਬਹੁਤੀ ਦਿਲਚਸਪੀ ਨਹੀਂ ਰਹੀ। ਚਾਹੇ ਉਹ ਆਪਣੇ ਸੰਤ ਲੌਂਗੋਵਾਲ ਦੀ ਬਰਸੀ ਹੋਵੇ, ਟੌੜਾ ਸਾਹਿਬ ਦੇ ਤਾਂ ਆਪਾਂ ਨੂੰ ਪਤਾ ਹੀ ਆ। ਦੇਖੋ ਟੌੜਾ ਸਾਹਿਬ ਇੱਡੇ ਵੱਡੇ ਲੀਡਰ ਸੀਗੇ, ਟੌੜਾ ਸਾਹਿਬ ਦਾ ਤਾਂ ਦਿਨ ਮਨਾਉਣਾ ਚਾਹੀਦਾ ਸੀ, ਉਹਨਾਂ ਦਾ ਜਨਮ ਦਿਨ। ਇੱਕ ਅਕਾਲੀ ਜਿਹੜੀ ਆਪਣੀ ਪ੍ਰੋਗਰਾਮ ਅਕਾਲੀ ਦਲ ਦੇ ਉਹਦੇ ਤੇ ਉਸ ਏਜੰਡੇ ਤੇ ਚਾਹੀਦਾ ਸੀਗਾ ਪੱਕਾ। ਜਿਵੇਂ ਅਸੀਂ ਬਹੁਤ ਵਾਰੀ ਕਹਿੰਦੇ ਹਾਂ ਕਿ ਬਬਰ ਅਕਾਲੀ ਲਹਿਰ ਦਾ ਆਪਣੇ ਸਰਕਾਰਾਂ ਨੂੰ ਦਿਨ ਮਨਾਉਣਾ ਚਾਹੀਦਾ। ਬਬਰ ਅਕਾਲੀ ਲਹਿਰ ਬੜੀ ਇੱਕ ਤਕੜੀ ਲਹਿਰ ਸੀਗੀ, ਪਰ ਉਹਦਾ ਕੋਈ ਨਾ ਉਹਨੂੰ ਸਰਕਾਰਾਂ ਨੇ ਮਾਨਤਾ ਦਿੱਤੀ ਤੇ ਨਾ ਕੋਈ ਉਹਦਾ ਦਿਨ ਮਨਾਇਆ, ਲੇਕਿਨ ਉਹ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸ਼ਹੀਦ ਹੋਏ। ਐਵੇਂ ਜਿਵੇਂ ਅਕਾਲੀ ਦਲ ਨੇ ਵੀ ਬੜੀਆਂ ਇਹਦੇ ਵਿੱਚ ਜਿਹੜੀਆਂ ਕਹਿ ਲਓ ਕਮਜ਼ੋਰੀਆਂ ਰੱਖੀਆਂ, ਤੇ ਉਹ ਜੇ ਕਹੀਏ ਨਾ ਜੀ ਵੀ ਇਹਨੂੰ ਪੋਲੀਟੀਕਲੀ ਕਰਨਾ ਅਬ ਤੇ ਉਹ ਤਾਂ ਹਾਜ਼ਰੀ ਲਾਉਣ ਵਾਲੀ ਗੱਲ ਆ। ਇਹ ਤਾਂ ਤਨੋ ਮਨੋ ਕਰਨਾ ਚਾਹੀਦਾ, ਬਿਲਕੁਲ ਬਿਲਕੁਲ ਆਪਣਾ ਮਨ ਲਾ ਕੇ। ਜਿਹੜਾ ਮੋਹਨ ਸਿੰਘ ਤੋੜ ਕਿਤੇ ਵੱਡੇ ਆਪਣੇ ਲੀਡਰ ਸੀ, ਜਾਇਦਾਰ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਰਹੇ, ਉਹਨਾਂ ਨੇ ਤਸੀਹੇ ਵੀ ਚੱਲੇ, ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਜ਼ੁਲਮ ਵੀ ਕੀਤਾ, ਲੇਕਿਨ ਇੱਕ ਸਧਾਰਨ ਪਰਿਵਾਰ ਸੀਗਾ। ਅੱਜ ਵੀ ਪਰਿਵਾਰ ਉਦਾਂ ਹੀ ਆ, ਉਹਨਾਂ ਦੇ ਬਿਲਕੁਲ ਉਹੀ ਉਹਨਾਂ ਦਾ ਰਹਿਣਾ ਬਹਿਣਾ ਆ। ਤੇ ਦੇਖੋ ਉਹ ਤਾਂ ਇੱਕ ਤਰ੍ਹਾਂ ਦੇ ਚਾਨਣ ਮਨਾਰਾ ਨੇ ਸਿੱਖ ਪੰਥ ਵਾਸਤੇ, ਉਹ ਆ ਸਾਡੇ ਰੋਲ ਮਾਡਲ ਟੌੜਾ ਸਾਹਿਬ, ਜਾਇਦਾਰ ਮੋਹਨ ਸਿੰਘ ਤੋੜ, ਏਦਾਂ ਦੇ ਜੇ ਆਪਾਂ ਜਾਇਦਾਰਾਂ ਨੂੰ ਵਿਸਾਰ ਗਏ ਤਾਂ ਫਿਰ ਤਾਂ ਹੀ ਆਪਾਂ ਕਮਜ਼ੋਰ ਹੋ ਗਏ। ਚਲੋ ਜੀ, ਇਹ ਤਾਂ ਜੀ ਅਸੀਂ ਤਾਂ ਫਿਰ ਮੈਂ ਤਾਂ ਕਹੂੰਗਾ ਅਕਾਲੀ ਦਲ ਨੂੰ ਬਚਾਉਣ ਵਾਸਤੇ ਤੁਰੇ ਹਾਂ। ਇਹ ਬਾਹਰ ਅੰਦਰ ਦੀ ਗੱਲ ਤਾਂ ਬਹੁਤ ਹਲਕੀ ਹੈ ਨਾ ਜੀ, ਇਹ ਬੜੀ ਪੀੜੀ ਸੋਚ ਆ, ਸ਼ਾਰਟ ਸਾਈਟਡਨੈਸ ਆ। ਜੇ ਅੱਜ ਅਸੀਂ ਅਕਾਲੀ ਦਲ ਨੂੰ ਨਾਮ ਬਚਾਉਣ ਤੁਰੇ ਤੇ ਜਿਹੜਾ ਉਹ ਅਕਾਲੀ ਦਲ ਚਲੋ ਉਧਰ ਬੈਠੇ ਆ, ਉਹ ਪਰਲੇ ਪਾਸੇ ਆ, ਉਸ ਅਕਾਲੀ ਦਲ ਨੂੰ ਉਹਦੇ ਥੱਲੇ ਜ਼ਮੀਨ ਨਿਕਲ ਗਈ 300 ਵੋਟ ਆਈ। ਹਾਂਜੀ, ਮਤਲਬ ਜ਼ਮੀਨ ਨਿਕਲ ਗਈ ਥੱਲੇ, ਕੁਰਸੀਆਂ ਤੇ ਆਪਾਂ ਬੈਠੇ ਆ, ਹੱਥ ਖੜੇ ਕਰਾ ਲਈਏ, ਪਰ ਤੁਹਾਡਾ ਤਾਂ ਗਰਾਊਂਡ ਹੀ ਤੁਹਾਡੀ ਸ਼ਿਫਟ ਕਰ ਗਈ ਆ। ਫਿਰ ਇਹ ਮਤਲਬ ਅਸੀਂ ਕੋਈ ਕਿਸੇ ਖੁਸ਼ੀ ਨਾਲ ਨਹੀਂ ਤੁਰੇ, ਸਾਡੀ ਜ਼ਿੰਮੇਵਾਰੀ ਸੀ ਪੰਥ ਪ੍ਰਤੀ, ਆਪਣੇ ਕੌਮ ਲਈ, ਪੰਜਾਬ ਲਈ, ਤਾਂ ਅਸੀਂ ਤੁਰੇ ਹਾਂ।
ਤੇ ਜੇ ਕਹਿਣ ਅੱਜ ਕੱਢ ਦਿਓ ਬਾਹਰ ਆ ਜਾਓ, ਇਹ ਤਾਂ ਦੇਖੋ ਬੜੀ ਵਾਰੀ ਆਪਣੇ ਅਕਾਲੀ ਦਲ ਦੇ ਇਤਿਹਾਸ ਇੱਦਾਂ ਦਾ ਸਮਾਂ ਆਇਆ, ਇਹ ਤਾਂ ਟਾਈਮ ਦੱਸੂਗਾ। ਉਹ ਅਕਾਲੀ ਦਲ ਨੂੰ ਮਾਨਤਾ ਦੇਣੀ ਆ ਜਿਹੜਾ ਲੋਕ ਖੜਨਗੇ, ਤੇ ਫਿਰ ਉਹ ਲੋਕਾਂ ਨੂੰ ਉਹ ਅਸਲੀ ਅਕਾਲੀ ਦਲ ਹੋਊਗਾ। ਇਹ ਜਦੋਂ ਸਮਾਂ ਆਇਆ ਉਦੋਂ ਲੋਕਾਂ ਨੇ ਫੈਸਲਾ ਕਰਨਾ ਇਹਦਾ। ਅੱਛਾ ਜੀ, ਮੈਂ ਕਲੀਅਰ ਕਰ ਦੇਵਾਂ ਜੀ, ਕੋਰ ਕਮੇਟੀ ਦਾ ਆਪਣੇ ਮਿਨਟਸ ਚੜਾ ਲਓ, ਮਿਨਟਸ ਉੱਥੇ ਲਿਖਦਾ ਨੀ ਕੋਈ, ਉਦਾਂ ਲਿਖਣੇ ਚਾਹੀਦੇ ਆ, ਸ਼ਾਇਦ ਮੇ ਬੀ ਰਿਕਾਰਡਿੰਗ ਹੁੰਦੀ ਹੋਵੇ, ਉਹਦੇ ਦੇਖ ਲਓ ਕਿਹੜੇ ਲੀਡਰ ਨੇ ਕੀ ਬੋਲਿਆ ਸਾਡੇ ਚੋਂ ਜਦੋਂ ਝੁੰਦਾ ਕਮੇਟੀ ਦੀ ਗੱਲ ਆਈ ਆ, ਜਾਂ ਕੋਈ ਆਪਣੇ ਅਹਿਮ ਮਸਲਾ ਆਇਆ ਅਕਾਲੀ ਦਲ ਪ੍ਰਤੀ। ਅਸੀਂ ਹਰ ਵੇਲੇ ਆਪਣੀ ਗੱਲ ਉੱਥੇ ਰੱਖੀ ਆ, ਪਰ ਜਦੋਂ ਜਿਹੜੇ ਤਾਂ ਹੁੰਦੇ ਆ ਬੜੇ ਇੰਪੋਰਟੈਂਟ ਮਸਲੇ, ਉਹ ਤਾਂ ਉਹ ਸੁਣ ਕੇ ਤਾਂ ਉਹਨੂੰ ਅੱਗੇ ਪੈਂਡਿੰਗ ਕਰ ਦਿੰਦੇ ਆ। ਜਿਹੜੇ ਹੁੰਦੇ ਠੀਕ ਹੈ, ਨੋਰਮਲ ਆ, ਫੈਸਲਾ ਕਰ ਦਿਓ ਤੇ ਫੈਸਲਾ ਕਰ ਦਿੰਦੇ ਆ। ਏਦਾਂ ਨਹੀਂ ਨਾ ਆਪਾਂ ਇਹਨੂੰ ਕਿਵੇਂ ਕਿੰਨਾ ਟਾਈਮ ਲਿੰਗਰ ਔਨ ਕਰਾਂਗੇ, ਕਿੰਨਾ ਟਾਈਮ ਆਪਾਂ ਇਹਨੂੰ ਪੈਂਡਿੰਗ ਰੱਖਾਂਗੇ। ਜੇ ਲੋਕਾਂ ਨੇ ਸਾਨੂੰ ਛੱਡ ਹੀ ਦਿੱਤਾ, ਜੇ ਤੁਸੀਂ ਬਠਿੰਡੇ ਦੀ ਆਪਣੀ ਜਿਹੜੀ ਹੈਗੀ ਆ ਪਰਸੈਂਟੇਜ ਕੱਢ ਲਓ, ਤੇ ਬਾਕੀ ਪੰਜਾਬ ਦੀ ਤਾਂ ਸਾਰੀ 7% ਹੈਗੀ, 7% ਵੋਟ ਲੈ ਕੇ ਅਕਾਲੀ ਦਲ ਕੀ ਕਰੂਗਾ ਦੱਸੋ ਜੀ। ਤੇ ਹੁਣ ਵੀ ਨਾ ਅਸੀਂ ਉੱਠੇ ਤੇ ਫਿਰ ਕਹਿਣਾ, ਲੋਕਾਂ ਨੇ ਕਹਿਣਾ ਤੁਸੀਂ ਸਾਰੇ ਤਾਂ ਬੁਜ਼ਦਿਲ ਸੀਗੇ, ਤੁਹਾਡੇ ਤੋਂ ਹੋਇਆ ਨੀ ਕੁਛ, ਇਹ ਲੜਾਈ ਲੜਨੀ ਪੈਣੀ ਸਾਨੂੰ। ਜੇ ਠੀਕ ਆ, ਅੱਜ ਕੋਈ ਸਾਡੇ ਨਾਲ ਸਹਿਮਤ ਹੈਗੇ ਆ ਜਿਹੜੇ ਉੱਥੇ ਬੈਠੇ ਆ, ਉਹਨਾਂ ਚ ਮੈਜੋਰਿਟੀ ਸਾਡੇ ਨਾਲ ਸਹਿਮਤ ਆ, ਪਰ ਇਹ ਵੀ ਹਜੇ ਨਹੀਂ ਤੁਰ ਰਹੇ, ਹੋ ਸਕਦਾ ਟਾਈਮ ਆ ਕੇ ਤਾਂ ਉਹ ਵੀ ਤੁਰ ਪੈਣ। ਤਾਂ ਅਸੀਂ ਤਾਂ ਕਹਿੰਦੇ ਸਾਰੇ ਇਕੱਠੇ ਹੀ, ਆਪਾਂ ਸਾਰਿਆਂ ਦੀ ਵਿਚਾਰਧਾਰਾ ਇੱਕੋ, ਸੋਚ ਇੱਕੋ ਹੀ ਆ, ਕੋਈ ਫਰਕ ਨਹੀਂ ਗਾ। ਹਾਂਜੀ, ਬੀਬਾ ਜੀ, ਪਾਰਟੀ ਦਫ਼ਤਰ ਤਾਂ ਸਾਰਿਆਂ ਦਾ ਸਾਂਝਾ ਹੀ ਆ, ਸਾਡਾ ਵੀ ਦਫ਼ਤਰ ਉਨਾ ਹੀ ਹੱਕ ਆ, ਐਸੀ ਗੱਲ ਨਹੀਂ ਕੋਈ, ਪਰ ਅਸੀਂ ਕੋਈ ਧੱਕੇ ਨਾਲ ਨਹੀਂ ਜਾਣਾ ਉੱਥੇ, ਠੀਕ ਹੈ ਜੀ। ਅਸੀਂ ਪਹਿਲਾਂ ਲੋਕਾਂ 'ਚ ਜਾਵਾਂਗੇ, ਲੋਕਾਂ 'ਚ ਜਾ ਕੇ ਲੋਕਾਂ 'ਚ ਆਪਣੀ ਸ਼ਕਤੀ ਬਣਾਵਾਂਗੇ, ਫਿਰ ਜੇ ਲੋਕ ਸਾਨੂੰ ਪ੍ਰਵਾਨ ਕਰਨਗੇ ਫਿਰ ਸਭ ਕੁਝ ਦਫ਼ਤਰ ਤੁਹਾਡੇ ਸਾਹਮਣੇ ਸਭ ਕੁਝ ਮਿਲ ਜਾਣਾ ਆ। ਬਿਲਕੁਲ ਨਹੀਂ ਜੀ, ਬਿਲਕੁਲ ਤਾਂ ਐਵੇਂ ਕਿਸੇ ਨੇ ਗੱਲ ਕਰ, ਸਾਨੂੰ ਪਤਾ ਹੀ ਨਹੀਂ ਜੀ, ਨਾ ਸੋਚ ਹੈ ਸਾਡੀ। ਆ ਦੇਖੋ ਜੀ, ਆ ਬੜਾ ਇੱਕ ਹੋਰ ਇੰਪੋਰਟੈਂਟ ਗੱਲ ਆਈ ਆ, ਬਹੁਤ ਵਾਰੀ ਡਿਸਕਸ ਹੋਇਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਆਪਣੀ ਜਿਹੜੀ ਇੱਕ ਨਾ ਨਰਸਰੀ ਸੀਗੀ ਅਕਾਲੀ ਦਲ ਦੀ, ਮਤਲਬ ਇਸ ਨਰਸਰੀ ਨੇ ਆਪਣੇ ਜੇ ਕਹੀਏ ਤਾਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਵੀ ਫੈਡਰੇਸ਼ਨ ਦੇ ਮੈਂਬਰ ਸੀਗੇ, ਬੜੇ ਅਕਾਲੀ ਦਲ ਦੇ ਲੀਡਰ ਤਾਂ ਹੋਏ ਹੀ ਆ ਸਾਰੇ, ਉਹਨਾਂ ਨੇ ਫੈਡਰੇਸ਼ਨ ਚੋਂ ਆਪਣੀ ਸੇਵਾ ਕਰਕੇ ਅਕਾਲੀ ਦਲ ਚ ਮੁੜ ਕੇ ਆਪਣਾ ਬੜਾ ਵੱਡਾ ਯੋਗਦਾਨ ਪਾਇਆ। ਹੋਰ ਬਹੁਤ ਵੱਡੇ ਵੱਡੇ ਲੀਡਰ ਪੰਜਾਬ ਦੇ ਦੇਸ਼ ਦੇ ਉਹ ਫੈਡਰੇਸ਼ਨ ਵਿੱਚ ਜਿਹੜੇ ਹੈਗੇ ਰਹੇ ਆ। ਸੋ ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਵੀ ਦੁਬਾਰਾ ਕਾਇਮ ਕਰਨਾ ਆ, ਉਹ ਜਿਹੜੀ ਸਾਡੀ ਸਟੂਡੈਂਟ ਬਾਡੀ ਹੋਊਗੀ, ਜਿਹੜੀ ਮਤਲਬ ਆਪਣੇ ਕਾਲਜਾਂ ਚੋਂ ਜਾਂ ਇੰਸਟੀਚਿਊਟਸ ਚੋਂ ਜਿੱਥੇ ਆਪਣੇ ਲੀਡਰਸ਼ਿਪ ਗਰੂਮ ਹੁੰਦੀ ਆ, ਉੱਥੋਂ ਲੀਡਰ ਕੱਢ ਕੇ ਲੈ ਕੇ ਆਊਗੀ, ਤਾਂ ਕਿ ਲੀਡਰ ਜਿਹੜੇ ਜਿਵੇਂ ਕਹਿੰਦੇ ਆ ਕਿ ਲੀਡਰ ਥੱਲਿਓਂ ਆਪਣੇ ਜ਼ਮੀਨ ਤੋਂ ਉੱਠਦਾ ਆ, ਲੀਡਰਸ ਆ ਬੋਰਨ ਦੇ ਆਰ ਨਾਟ ਮੇਡ, ਤੇ ਉਹ ਜਿਹੜੇ ਲੀਡਰ ਉੱਥੇ ਬੈਠੇ ਨੇ ਆਪਣੇ ਚਾਹੁੰਦੇ ਆ ਪੰਥ ਦੀ ਸੇਵਾ ਕਰਨਾ ਤੇ ਜਾਂ ਪੰਜਾਬ ਵਾਸਤੇ ਜਿਹੜਾ ਸੰਘਰਸ਼ ਕਰਨਾ, ਅਸੀਂ ਉਹ ਉਸ ਤਰੀਕੇ ਨਾਲ ਜਿਹੜਾ ਫੈਡਰੇਸ਼ਨ ਬਣਾਉਣ ਜਾ ਰਹੇ ਹਾਂ, ਤੇ ਇਹ ਲੀਡਰਸ਼ਿਪ ਜਿਹੜੀ ਹੈਗੀ ਆ ਕ੍ਰਾਈਸਿਸ ਆ ਇਸ ਵੇਲੇ, ਅਕਾਲੀ ਦਲ ਕੋ ਵੀ ਪੰਜਾਬ ਕੋ ਵੀ ਕ੍ਰਾਈਸਿਸ ਆ,
ਲੀਡਰਸ਼ਿਪ ਦਾ। ਸੋ ਬੜੀ ਵੱਡਾ ਵੈਕਿਊਮ ਹੈ ਲੀਡਰਸ਼ਿਪ ਦਾ, ਅਸਲੀ ਗੱਲ ਤੇ ਹੈ ਵੀ ਵੈਕਿਊਮ ਆ ਇਨ ਸਿੱਖ ਲੀਡਰਸ਼ਿਪ ਤੇ ਪੰਜਾਬ ਦੀ ਵੀ ਲੀਡਰਸ਼ਿਪ ਕਹਿ ਸਕਦੇ ਹਾਂ ਅਸੀਂ ਉਸ ਤਰੀਕੇ ਨਾਲ ਇਸ ਵੈਕਿਊਮ ਨੂੰ ਫਿਲ ਕਰਨਾ ਚਾਹੁੰਦੇ ਹਾਂ। ਇਹਦਾ ਬਹੁਤ ਆਪਣੇ ਲੰਬਾ ਇਹਦਾ ਏਜੰਡਾ ਹੋਣਾ ਆ, ਪਹਿਲਾਂ ਤਾਂ ਅਸੀਂ ਤੁਹਾਨੂੰ ਮੁੱਖ ਤੌਰ ਤੇ ਦੱਸਤਾ, ਹੁਣ ਜਿਹੜੀ ਅਕਾਲੀ ਦਲ ਸੁਧਾਰ ਲੈ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹਿਆਂ ਤੱਕ ਵੀ ਜਾਣਾ ਆ, ਜ਼ਿਲ੍ਹਿਆਂ ਤੋਂ ਫਿਰ ਹਲਕਿਆਂ 'ਚ ਵੀ ਜਾਵਾਂਗੇ, ਹਲਕਿਆਂ ਤੋਂ ਫਿਰ ਪਿੰਡਾਂ ਜਾਵਾਂਗੇ, ਮਤਲਬ ਜਾਵਾਂਗੇ ਇਹਨੂੰ ਸਟਾਰਟ ਕਰਾਂਗੇ ਕਿਸੇ ਆਪਣੇ ਸਹੀ ਉਹਦੇ ਪਲੈਨਿੰਗ ਦੇ ਨਾਲ, ਪਰ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਤਾਂ ਅਸੀਂ ਇੱਕ ਆਪਣਾ ਏਜੰਡਾ ਉਹ ਬਣਾਵਾਂਗੇ। ਏਜੰਡਾ ਹੋਊਗਾ ਸਾਡਾ ਇੱਕ ਤਾਂ ਆਪਣੇ ਰਾਜਸੀ ਪੋਲੀਟੀਕਲ, ਦੂਜਾ ਹੋਊਗਾ ਰਿਲੀਜੀਅਸ ਧਾਰਮਿਕ, ਤੀਜਾ ਸੋਸ਼ਲ ਵੀ ਹੋਊਗਾ, ਜਿਹੜਾ ਪੰਜਾਬ ਦੇ ਜਿਹੜੇ ਸਾਰੇ ਪੁਰਾਣੇ ਮੁੱਦੇ ਆ ਉਹਦਾ ਜ਼ਿਕਰ ਕਰਦਾ ਆ, ਕਰਕੇ ਪੰਜਾਬ ਦਾ ਮਸਲਾ ਹੱਲ ਹੋਇਆ ਨਹੀਂ ਕੋਈ। ਜਿਉਂ ਆਪਾਂ ਦੇਖਦੇ ਹਾਂ ਸੁਣਦੇ ਹਾਂ, ਧਾਰਮਿਕ ਮੋਰਚੇ ਤੋਂ ਲੈ ਕੇ ਹੁਣ ਦੀ ਗੱਲ ਕਰ ਲਈਏ, ਪੰਜਾਬੀ ਸੂਬਾ ਮੋਰਚਾ ਵੀ ਜਿੱਦਾਂ ਪੰਜਾਬੀ ਸੂਬਾ ਬਣਨਾ ਚਾਹੀਦਾ ਸੀਗਾ ਨਹੀਂ ਬਣਿਆ, ਇਸ ਗੱਲ ਦਾ ਵੀ ਰੋਸ ਆ ਆਪਣੇ ਪੰਜਾਬੀਆਂ ਨੂੰ, ਸਿੱਖਾਂ ਨੂੰ। ਸੋ ਇਹ ਜਿਹੜਾ ਏਜੰਡਾ ਸੈੱਟ ਕਰਾਂਗੇ, ਜੇ ਇਸ ਏਜੰਡੇ ਤੋਂ ਅਕਾਲੀ ਦਲ ਥਿੜਕ ਗਿਆ, ਭੜਕ ਗਿਆ, ਅਕਾਲੀ ਦਲ ਵੱਲੋਂ ਲਗਾਤਾਰ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੀਜੇਪੀ ਦੇ ਇਸ਼ਾਰਿਆਂ ਤੇ ਇਹ ਸਾਰੀ ਕਾਰਵਾਈ ਹੋ ਰਹੀ ਹੈ, ਇਦਾਂ ਜੀ ਵੀ ਇਹਦੇ ਵਿੱਚ ਨਾ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ, ਬੀਜੇਪੀ ਦਾ ਕਿਸੇ ਨਾ ਕੋਈ ਸੋਸ਼ਲ ਕਿਸੇ ਦਾ ਸੰਬੰਧ ਹੋਊਗਾ, ਕੋਈ ਪੋਲੀਟੀਕਲ ਵੀ ਕਿਸੇ ਪਹਿਲਾਂ ਰਿਹਾ ਹੋਊ, ਜਦੋਂ ਐਨਡੀਏ ਦਾ ਹਿੱਸਾ ਸੀਗੇ ਅਕਾਲੀ ਦਲ ਸੀਗੇ ਨਾ ਜੀ, ਉਦੋਂ ਮਿਨਿਸਟਰ ਸੀਗੇ ਬੀਬਾ ਹਰਸਿਮਰਤ ਕੌਰ ਬਾਦਲ ਜੀ, ਉਹਨਾਂ ਦਾ ਸਭ ਤੋਂ ਗੂੜਾ ਰਿਸ਼ਤਾ ਆ ਆਪਣੇ ਬੀਬਾ ਜੀ ਦਾ, ਕਰਕੇ ਉਹ ਮਿਨਿਸਟਰ ਰਹੇ ਆ, ਉਹਨਾਂ ਨੇ ਪਾਵਰ ਹੰਡਾਈ ਆ, ਠੀਕ ਆ, ਅਕਾਲੀ ਦਲ ਆਪਣਾ ਉਹਦਾ ਹਿੱਸਾ ਸੀਗਾ, ਅਸੀਂ ਅਕਾਲੀ ਦਲ ਦੇ ਮੈਂਬਰ ਸੀ, ਪਰ ਜੇ ਤੁਸੀਂ ਕਹੋ ਵੀ ਉਹ ਫਲਾਨਾ ਬੀਜੇਪੀ ਦਾ, ਪਹਿਲਾਂ ਕਹਿੰਦੇ ਸੀ ਕਾਂਗਰਸ ਦਾ ਆ, ਬੀਜੇਪੀ ਦਾ ਇਸ ਸਿੱਖ ਪੋਲੀਟਿਕਸ ਦੇ ਇਸ਼ੂ 'ਚ ਕੋਈ ਰੋਲ ਨਹੀਂਗਾ। ਮੈਂ ਫਿਰ ਕਹਿਣਾ ਚਾਹੁੰਦਾ, ਅੱਜ ਲਿਖ ਲਓ, ਬੀਜੇਪੀ ਦਾ ਕੋਈ ਜ਼ੀਰੋ ਰੋਲ ਆ ਸਿੱਖ ਪੋਲੀਟੀਕਲ ਇਸ਼ੂ ਵਿੱਚ। ਸੋ ਐਵੇਂ ਇਹ ਤਾਂ ਇਹ ਕਹਿ ਲਓ ਵੀ ਹੌਲੋਂ ਦੱਸਿਆ, ਇਹ ਆਪਣਾ ਤੁਸੀਂ ਜਿਹੜਾ ਖੋਖਲਾਪਨ ਦਿਖਾਉਂਦੇ ਹੋ ਕਿ ਕਹਿ ਦਿਓ ਫਲਾਨਾ ਏਜੰਟ ਆ ਜੀ, ਇਹ ਪੁਰਾਣੀਆਂ ਗੱਲਾਂ ਹੋ ਗਈਆਂ ਪੁਰਾਣੇ ਸਮੇਂ ਦੀਆਂ, ਉਦੋਂ ਕਾਂਗਰਸ ਦਾ ਕਹਿੰਦੇ ਸੀਗੇ, ਹੁਣ ਬੀਜੇਪੀ ਦਾ ਕਹੀ ਜਾਂਦੇ। ਜੇ ਕਿਸੇ ਲੀਡਰ ਨੇ, ਅਕਾਲੀ ਦਲ ਦੇ ਲੀਡਰ ਨੇ ਬੀਜੇਪੀ ਨਾਲ ਰਲ ਕੇ ਪੰਥ ਦਾ ਨੁਕਸਾਨ ਕੀਤਾ ਆ, ਉਹ ਤੇ ਘੂੰਗਲ ਠਾਓ, ਫਿਰ ਕਹਾਂਗੇ ਹਾਂ ਵੀ ਠੀਕ ਆ ਉਸ ਲੀਡਰ ਨੇ ਆਹ ਕੀਤਾ ਆ। ਐ ਤਾਂ ਸਾਂਝ ਚੂੰਝ ਤਾਂ ਸਾਰੇ ਅਕਾਲੀ ਦਲ ਦੀ ਸੀ ਸਾਂਝ, ਜੇ ਹੁਣ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਐਨਡੀਏ ਦਾ ਹਿੱਸਾ ਬਣਿਆ ਅਕਾਲੀ ਦਲ, ਤੇ ਉਦੋਂ ਅਕਾਲੀ ਦਲ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਬੀਜੇਪੀ ਨੂੰ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਦੇਖੋ ਵੱਡੇ ਲੀਡਰ ਹੋਏ ਪੰਜਾਬ ਦੇ, ਇਹਦੇ 'ਚ ਦੇਖੋ ਅਸੀਂ ਉਹਨਾਂ ਦੇ ਆਪਣੇ ਨਾਲ ਕੰਮ ਕੀਤਾ, ਉਹਨਾਂ ਦੇ ਬੱਚੇ ਅੜ ਗਏ ਆ, ਸਤਿਕਾਰ ਕਰਦੇ ਹਾਂ ਉਸ ਜਿਹੜੀ ਵੱਡੀ ਸ਼ਖਸੀਅਤ ਆ। ਪਰ ਉਦੋਂ ਬਾਦਲ ਸਾਹਿਬ ਨੂੰ ਉਹਨਾਂ ਸਾਥੀਆਂ ਨੂੰ ਢੀਂਡਸਾ ਸਾਹਿਬ ਇੱਥੇ ਹੁਣ ਗਏ ਆ, ਕਿਹਾ ਸੀਗਾ ਕਿ ਬੀਜੇਪੀ ਨੂੰ ਅਨਕੰਡੀਸ਼ਨਲ ਸਪੋਰਟ ਨਾ ਦਿਓ, ਇਸ਼ੂ ਬੇਸਡ ਸਪੋਰਟ ਦਿਓ, ਤੇ ਜੇ ਉਦੋਂ ਇਸ਼ੂ ਬੇਸਡ ਸਪੋਰਟ ਦੇ ਦਿੰਦੇ ਤੇ ਅੱਜ ਪੰਜਾਬ ਦੇ ਬਹੁਤ ਸਾਰੇ ਇਸ਼ੂਜ਼ ਸੈਟਲ ਹੋ ਜਾਣੇ ਸੀਗੇ। ਤੇ ਫਿਰ ਤੁਸੀਂ ਦੱਸੋ ਬੀਜੇਪੀ ਦਾ ਕਿਹਨੇ ਫਾਇਦਾ ਲਿਆ ਤੇ ਕਿਹਨੇ ਨਹੀਂ ਲਿਆ, ਇਹ ਬੜੀ ਲੰਬੀ ਸਟੋਰੀ ਆ, ਟਾਈਮ ਦੇ ਨਾਲ ਸਾਰੀ ਗੱਲ ਕਲੀਅਰ ਕਰੀ ਜਾਵਾਂਗੇ। ਪਰ ਇਹ ਤਾਂ ਬੀਜੇਪੀ ਦਾ ਮੈਂ ਕਹੂੰਗਾ ਇਨ ਏ ਨਟਸ਼ੈਲ, ਬੀਜੇਪੀ ਦਾ ਇਸ ਸਾਡੇ ਪੰਥ ਦੇ ਮਸਲੇ 'ਚ ਕੋਈ ਯੋਗਦਾਨ ਨਹੀਂਗਾ। ਠੀਕ ਆ, ਯੂ ਹੈਵ ਅ ਪੁਆਇੰਟ, ਯੂ ਹੈਵ ਅ ਪੁਆਇੰਟ, ਯੂ ਹੈਵ ਅ ਪੁਆਇੰਟ।
ਜਿਹੜੇ ਨਾ ਜੀ 400 ਲੀਡਰ 500 ਲੀਡਰ ਇਕੱਠੇ ਕਰ ਲਏ, ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਮੈਜੋਰਿਟੀ ਉਹ ਇਸ ਸਾਡੀ ਵਿਚਾਰ ਨਾਲ ਸਹਿਮਤ ਆ। ਕਈਆਂ ਨੇ ਮੀਟਿੰਗਾਂ 'ਚ ਵੀ ਸ਼ਾਮਿਲ ਹੋਏ ਪਹਿਲਾਂ, ਜਿਹੜੇ ਅੱਜ ਉੱਧਰ ਬੈਠੇ ਆ, ਚਲੋ ਨਾਂ ਲੈਣ ਦੀ ਲੋੜ ਨਹੀਂ, ਲੇਕਿਨ ਗੱਲ ਇਹ ਆ ਜੀ ਵੀ ਜਿੱਥੇ ਆਪਣਾ ਜਿਹੜਾ ਆਪਣਾ ਬੇਸ ਆ, ਜਿਹੜਾ ਆਪਣਾ ਵਰਕਰ ਆ, ਵੋਟਰ ਆ, ਜਿਹੜਾ ਆਪਣਾ ਆਪਣੇ ਸੰਗਤ ਦੇ ਵਿੱਚ ਜਿਹੜਾ ਬੰਦਾ ਵਿਚਰਦਾ ਆ, ਉਹ ਕਿੰਨਾ ਖੜਾ ਆ, ਉਹ ਤਾਂ ਦੇਖ ਰਹੇ ਸਾਡੇ ਨਾਲ ਤੁਸੀਂ ਕੀ ਫੈਸਲਾ ਕਰਦੇ ਹੋ। ਇਹ ਲੀਡਰਾਂ ਤੋਂ ਵੋਟਾਂ ਦਾ ਸਾਡੇ ਤੋਂ ਨਹੀਂ ਪਵਾਈਆਂ, ਆਪਣੇ ਆਪ ਨੂੰ ਨਹੀਂ ਪਵਾਈਆਂ ਇਸ ਆਪਣੇ ਲੋਕ ਸਭਾ 'ਚ, ਅਤੇ ਉਹ ਲੀਡਰਾਂ ਦੇ ਵੋਟਾਂ ਕਿਤੋਂ ਪਵਾਉਣੀਆਂ। ਸੋ ਜੇ ਅੱਜ ਵੀ ਉਹੀ ਰਹੇ ਵੀ ਹਾਂ ਉੱਥੇ 80 ਮੈਂਬਰ ਉੱਥੇ ਅਗਲੀ ਇੱਥੇ ਆ, ਇਹ ਗਿਣਤੀ ਮਿਣਤੀ ਦਾ ਕੋਈ ਇਹਦੇ 'ਚ ਬਹੁਤਾ ਫਰਕ ਨਹੀਂ ਪੈਣਾ, ਲੇਕਿਨ ਇਹ ਲੋਕ ਜਿੱਥੇ ਖੜਨਗੇ, ਸੰਗਤ ਜਿਹੜਾ ਸਾਥ ਦਊਗੀ, ਅਲਟੀਮੇਟਲੀ ਉਹਨੇ ਮੋਹਰੇ ਆਉਣਾ ਆ, ਉਹਨੂੰ ਲੋਕਾਂ ਨੇ ਮਾਨਤਾ ਦੇਣੀ ਆ।